are watching Channel Y. Channel Y, a South Asian Canadian channel. ਸੂਬਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਕੜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਅੱਜ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਸਾ ਤੇ ਸਰਦੂਲਗੜ੍ਹ ਵਿਖੇ ਰੈਲੀ ਕੀਤੀ ਗਈ ਇਸ ਵਿਸ਼ਾਲ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹੀ ਮੈਂ ਉੱਥੇ ਕਾਂਗਰਸੀਆਂ ਨੂੰ ਕਿਹਾ ਮੈਂ ਕਿਹਾ 2 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਪੜ੍ਹ ਕੇ ਮੈਂ ਸੁਣਾਇਆ ਕਿ ਜਿਸ ਦਿਨ ਸਾਡੀ ਸਰਕਾਰ ਬਣ ਜੂ 90,000 ਕਰੋੜ ਦਾ ਕਰਜ਼ ਜਿਹੜਾ ਤੁਹਾਡੇ ਸਿਰਾਂ ਤੇ ਹੈ ਭਾਵੇਂ ਉਹ ਬੈਂਕ ਦਾ ਹੈ ਆਰਟੀਏ ਦਾ ਹੈ ਕੋਆਪਰੇਟਿਵ ਦਾ ਹੈ ਸਾਰੇ ਮਾਫ਼ ਕਰ ਦਿਆਂਗੇ ਤੇ ਮੈਂ ਕਿਹਾ 2 ਸਾਲ ਪੂਰੇ ਹੋ ਗਏ ਇੱਕ ਕਿਸਾਨ ਦੇ ਘਰ ਕੈਪਟਨ ਅਮਰਿੰਦਰ ਸਿੰਘ ਆਪ ਚੱਲ ਕੇ ਗਿਆ ਸੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਹਲਕਾ ਕੋਟਰੀ ਸੂਰਤ ਮੱਲੀਆ ਪਿੰਡ ਬੁੱਧ ਸਿੰਘ ਕਿਸਾਨ 4.5 ਲੱਖ ਉਹਦੀ ਉੱਤੇ ਕਰਜ਼ਾ ਸੀ ਉਹਨੂੰ ਗਲਵਕੜੀ ਚ ਲੈ ਕੇ ਗੱਲ ਆਖੀ ਸੀ ਕਿ ਅੱਜ ਤੋਂ ਤੇਰਾ ਬੋਝ ਕਾਂਗਰਸ ਪਾਰਟੀ ਨੇ ਚੱਕਿਆ ਕੈਪਟਨ ਅਮਰਿੰਦਰ ਸਿੰਘ ਨੇ ਚੱਕਿਆ ਤੈਨੂੰ ਆਪਦਾ ਕਰਜ਼ਾ ਮੋੜਨ ਦੀ ਲੋੜ ਨਹੀਂ ਪਊਗੀ ਤੁਸੀਂ ਜਾਣਦੇ ਹੋ ਉਸ ਕਿਸਾਨ ਦਾ ਕੀ ਹਾਲ ਹੋਇਆ ਉਹ ਕੈਪਟਨ ਦੇ ਭਰੋਸੇ 'ਚ ਆ ਕੇ ਪ੍ਰਭੂ ਉਹਨੇ ਆਪਦਾ ਕਰਜ਼ਾ ਮੋੜਨਾ ਬੰਦ ਕਰਤਾ ਅਖੀਰ 'ਚ ਸਰਕਾਰ ਬਣ ਗਈ ਸਰਕਾਰ ਦੇ ਮਗਰ ਮਗਰ ਫਿਰਦਾ ਰਿਹਾ ਮਗਰ ਉਹਨੂੰ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਉਹ ਡਿਫਾਲਟਰ ਹੋ ਗਿਆ ਉਹਨੂੰ ਆਪਦਾ ਟਰੈਕਟਰ ਵੇਚਣ ਪਿਆ ਖੁਦਕੁਸ਼ੀ ਦੇ ਕਿਨਾਰੇ ਦੇ ਕੰਡੇ ਸਨ ਜੇ ਪੰਜਾਬ ਦਾ ਨੌਜਵਾਨ ਕੋਈ 50 ਰੁਪਈਆ ਕੋਈ 100 ਰੁਪਈਆ ਦੇ ਕੇ ਯੋਗਦਾਨ ਨਾ ਪਾਉਂਦਾ ਤੇ ਭਰਾਵੋ ਸ਼ਾਇਦ ਮੈਂ ਦੁੱਖ ਨਾਲ ਕਹਿੰਦਾ ਕਿ ਸ਼ਾਇਦ ਉਹਦੀ ਖਬਰ ਵੀ ਅਖਬਾਰ 'ਚ ਪੜ੍ਹਨ ਨੂੰ ਮਿਲਦੀ ਮੈਂ ਇਸ ਗੱਲ ਦਾ ਤਿਲਵਾਦੀ ਆ ਪੰਜਾਬ ਦਾ ਨੌਜਵਾਨ ਇਕੱਲੇ ਇਕੱਲੇ ਦਾ ਕਰਜ਼ਾ ਨਹੀਂ ਲਾ ਸਕਦਾ ਮਗਰ ਇੱਕ ਸੰਕੇਤ ਭੇਜਣਾ ਸੀ ਸੁੱਤੀ ਸਰਕਾਰ ਨੂੰ ਕਿ ਜੇ ਇਸ ਘਰ 'ਚ ਕੈਪਟਨ ਅਮਰਿੰਦਰ ਸਿੰਘ ਆਪ ਚੱਲ ਕੇ ਗਿਆ ਜੇ ਉਹਦੇ ਨਾਲ ਧੋਖਾ ਹੋਇਆ ਜਿਨ੍ਹਾਂ ਨੇ ਫਾਰਮ ਭਰੇ ਆ ਉਹਨਾਂ ਦਾ ਤਾਂ ਪੁੱਛੋ ਨਾ ਹਾਲ ਕੀ ਹੋਇਆ ਅੱਜ ਗੰਨੇ ਦਾ ਕਿਸਾਨ ਧਰਨੇ ਤੇ ਹੈ ਬੈਂਕਾਂ ਦੇ ਬਾਹਰ ਧਰਨੇ ਲੱਗਦੇ ਆ ਕਿ ਸਾਡੇ ਬਲੈਂਕ ਚੈੱਕ ਜਿਹੜੇ ਲੋਕਾਂ ਤੋਂ ਲਏ ਆ ਮੋੜ ਦਿਓ ਅੱਜ ਲੋਕਾਂ ਦੇ ਖਿਲਾਫ ਕੁਰਕੀ ਸ਼ੁਰੂ ਹੋ ਗਈ ਹੈ 1500 ਤੋਂ ਵੱਧ ਕਿਸਾਨ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਮਾਨਸੇ ਪ੍ਰੋਗਰਾਮ ਹੋਇਆ ਸੀ ਕਿ ਨਹੀਂ ਹੋਇਆ ਸੀ ਉੱਥੇ ਕੀ ਕਰਦੇ ਸੀ ਕਾਂਗਰਸੀ ਕਿਸੇ ਨੇ ਆਪਦਾ ਬਜ਼ੁਰਗ ਗਵਾ ਲਿਆ ਕੋਈ ਸਾਡੀ ਭੈਣ ਜਿਹਦਾ ਸੁਆਹ ਗੁਜਰ ਗਿਆ ਕਿਸੇ ਬੇਟੀ ਦਾ ਬਾਪ ਚਲੇ ਗਿਆ ਕਿਸੇ ਭਰਾ ਦਾ ਕਿਸੇ ਮਾਂ ਦਾ ਪੁੱਤ ਚਲੇ ਗਿਆ ਭਰਾ ਦਾ ਭਰਾ ਚਲੇ ਗਿਆ ਤੇ ਕਾਂਗਰਸੀ ਸਟੇਜ ਤੋਂ ਕੀ ਕਹਿੰਦੇ ਸੀ ਇਸ਼ਕ ਦਾ ਗਿੱਧਾ ਪੈਂਦਾ ਨਹੀਂ ਯਾਰੋ ਇਸ਼ਕ ਦਾ ਗਿੱਧਾ ਪੈਂਦਾ ਨਹੀਂ Watching Channel Y, a South Asian Canadian channel.